ਸਤਿ ਸ਼੍ਰੀ ਅਕਾਲ ਜੀ ਬੱਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਵੇਸਣ ਦੇ ਲੱਡੂ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਉਹ ਵੀ ਬਿਲਕੁਲ ਹਲਵਾਈ ਵਰਗੇ ਅਤੇ ਚਲੋ ਦੇਖਦੇ ਹਾਂ ਇਹਨੂੰ ਅਸੀਂ ਕਿਸ ਤਰ੍ਹਾਂ ਬਣਾਉਂਦੇ ਹਾਂ ਇਸ ਤੋਂ ਪਹਿਲੇ ਮੈਂ ਤੁਹਾਡੇ ਨਾਲ ਵੇਸਣ ਦੀ ਬਰਫੀ ਦੀ ਰੈਸਪੀ ਸ਼ੇਅਰ ਕੀਤੀ ਸੀ ਜਿਹਨੂੰ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੇਸਣ ਦੇ ਲੱਡੂ ਵੀ ਪਸੰਦ ਆਉਣਗੇ ਵੇਸਣ ਦੇ ਲੱਡੂ ਬਣਾਉਣ ਵਾਸਤੇ ਸਾਨੂੰ ਇਹ ਮੋਟਾ ਵੇਸਣ ਥੋੜ੍ਹਾ ਚਾਹੀਦਾ ਹੈਗਾ ਮੈਂ 2 ਕੱਪ ਵੇਸਣ ਲਿੱਤਾ ਇਹਦੇ 'ਚ ਤੁਸੀਂ ਪੂਰਾ ਚੀਨੀ ਹੋਈ ਪਾਉਣੀ ਹੈਗੀ ਹੈ 1 ਕੱਪ ਚੀਨੀ ਅਤੇ 1/4 ਕੱਪ ਘਿਓ ਲਿੱਤਾ ਜੰਮਿਆ ਹੋਇਆ ਘਿਓ ਹੈ ਵੈਸੇ 1 ਕੱਪ ਘਿਓ ਪੂਰਾ ਹੋਣਾ ਚਾਹੀਦਾ ਪਰ ਇਹ ਜੰਮਿਆ ਹੋਇਆ ਘਿਓ ਹੈ ਤਾਂ 1 ਕੱਪ ਹੀ ਹੋ ਜਾਏਗਾ ਹੁਣ ਮੈਂ ਇੱਕ ਕੜਾਹੀ ਲਾਂਗੀ ਥੋੜ੍ਹੀ ਜਿਹੀ ਭਾਰੀ ਥੱਲੇ ਦੀ ਕੜਾਹੀ ਲੈਣੀ ਹੈ ਥੋੜ੍ਹੀ ਅਤੇ ਉਹਦੇ 'ਚ ਥੋੜ੍ਹਾ ਥੋੜ੍ਹਾ ਕਰਕੇ ਅਸੀਂ ਘਿਓ ਪਾਵਾਂਗੇ ਪਹਿਲੇ ਮੈਂ 1/2 ਘਿਓ ਪਾਤਾ ਹੈ 1/2 ਮੈਂ ਰੱਖ ਲਿੱਤਾ ਉਹਨੂੰ ਅਸੀਂ ਬਾਅਦ ਵਿੱਚ ਜਦੋਂ ਲੋੜ ਹੋਏਗੀ ਉਦੋਂ ਵਿੱਚ ਪਾਵਾਂਗੇ ਘਿਓ ਨੂੰ ਪਿਘਲਣ ਦਿਆਂਗੇ ਦੇਖੋ ਘਿਓ ਪਿਘਲ ਗਿਆ ਥੋੜ੍ਹਾ ਗਰਮ ਵੀ ਹੋ ਗਿਆ ਅਤੇ ਹੁਣ ਮੈਂ ਇਹਦੇ ਵਿੱਚ ਵੇਸਣ ਪਾ ਦਾਂਗੀ ਸੇਕ ਤੁਸੀਂ ਹਲਕਾ ਰੱਖਣਾ ਹਲਕੇ ਸੇਕ 'ਤੇ ਹੀ ਵੇਸਣ ਨੂੰ ਭੁੰਨਣਾ ਤਾਂ ਹੀ ਸਵਾਦ ਆਏਗਾ ਨਹੀਂ ਤਾਂ ਸੇਕ ਤੇਜ਼ ਕਰੋਗੇ ਤਾਂ ਵੇਸਣ ਜਲ ਜਾਏਗਾ ਅਤੇ ਉਹਦਾ ਸਵਾਦ ਨਹੀਂ ਆਏਗਾ ਇਹ ਮੈਂ ਮੋਟਾ ਦੇਖੋ ਵੇਸਣ ਲਿੱਤਾ ਹੈ ਚੱਕੀ ਤੋਂ ਮਿਲ ਜਾਂਦਾ ਹੈ ਅਗਰ ਤੁਹਾਨੂੰ ਮੋਟਾ ਵੇਸਣ ਨਹੀਂ ਮਿਲਦਾ ਤਾਂ ਤੁਸੀਂ ਜਿਹੜਾ ਆਮ ਵੇਸਣ ਮਿਲਦਾ ਉਹਦੇ ਵਿੱਚ ਥੋੜ੍ਹੀ ਜਿਹੀ ਸੂਜੀ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਅਗਰ ਤੁਸੀਂ 2 ਕੱਪ ਵੇਸਣ ਲੈਣਾ ਤਾਂ ਤੁਸੀਂ 1/2 ਕੱਪ ਸੂਜੀ ਪਾ ਦਿਓ 1.5 ਕੱਪ ਵੇਸਣ ਲੈ ਲਓ ਮੇਰਾ ਵੇਸਣ ਮੋਟਾ ਹੈ ਕਿਉਂਕਿ ਮੋਟੇ ਵੇਸਣ ਦੇ ਲੱਡੂ ਹੀ ਸੋਹਣੇ ਬਣਦੇ ਨੇ ਵਧੀਆ ਦਾਣੇਦਾਰ ਬਣਦੇ ਨੇ ਇਹਨੂੰ ਅਸੀਂ ਹਲਕੇ ਸੇਕ 'ਤੇ ਭੁੰਨਾਂਗੇ ਘੱਟ ਤੋਂ ਘੱਟ 20 ਮਿੰਟ ਲੱਗ ਜਾਣਗੇ ਭੁੰਨਣ ਲੱਗਿਆ ਬਾਕੀ ਸਭ ਦੇ ਆਪਣੇ ਆਪਣੇ ਗੈਸ ਦਾ ਹਿਸਾਬ ਹੈ 5 ਮਿੰਟ ਉੱਪਰ ਥੱਲੇ ਹੋ ਸਕਦੇ ਨੇ ਇੱਥੇ ਮੈਨੂੰ ਘਿਓ ਘੱਟ ਲੱਗ ਰਿਹਾ ਹੁਣ ਮੈਂ ਜਿਹੜਾ ਬੱਚਾ ਇਸ ਉਹਦੇ 'ਚੋਂ ਥੋੜ੍ਹਾ ਜਿਹਾ ਘਿਓ ਪਾਇਆ ਹੌਲੀ ਹੌਲੀ ਘਿਓ ਪਾਵਾਂਗੇ ਅਤੇ ਇਹਨੂੰ ਅਸੀਂ ਨਾਲ ਨਾਲ ਭੁੰਨਦੇ ਰਹਾਂਗੇ ਨਾਲ ਹਿਲਾਉਂਦੇ ਰਹਾਂਗੇ ਗੈਸ ਤੁਸੀਂ ਹਲਕਾ ਹੀ ਰੱਖਣਾ ਅਤੇ ਭੁੰਨਦੇ ਹੀ ਰਹਿਣਾ ਇਹਨੂੰ ਹਿਲਾਉਂਦੇ ਰਹਿਣਾ ਤਾਂ ਕਿ ਥੱਲੇ ਲੱਗੇ ਨਾ ਸਾਰੇ ਪਾਸੋਂ ਇਕੱਠਾ ਕਰ ਕਰਕੇ ਇਹਨੂੰ ਹਿਲਾਓਗੇ ਹਾਲੇ ਵੀ ਮੈਨੂੰ ਥੋੜ੍ਹਾ ਜਿਹਾ ਘਿਓ ਘੱਟ ਲੱਗ ਰਿਹਾ ਕਿਉਂਕਿ ਜੇ ਘਿਓ ਘੱਟ ਹੋਏਗਾ ਤਾਂ ਫਿਰ ਤੁਹਾਡੇ ਲੱਡੂ ਨਹੀਂ ਬਣ ਸਕਣਗੇ ਅਤੇ ਘਿਓ ਪੂਰਾ ਹੀ ਪਾਉਣਾ ਪਏਗਾ ਤੁਹਾਨੂੰ ਮੈਂ ਹੁਣ ਬਾਕੀ ਦਾ ਘਿਓ ਵੀ ਬਚਿਆ ਹੋਇਆ ਪਾ ਦਿੱਤਾ ਹੈ ਬਸ ਹੁਣ ਇਹ ਘਿਓ ਬਿਲਕੁਲ ਠੀਕ ਲੱਗ ਰਿਹਾ ਅਤੇ ਘਿਓ ਜ਼ਿਆਦਾ ਹੋਏ ਤਾਂ ਹੀ ਵੇਸਣ ਅੱਛੀ ਤਰ੍ਹਾਂ ਭੁੰਨਿਆ ਜਾਂਦਾ ਸੁੱਕੇ ਵੇਸਣ ਨੂੰ ਕੀ ਭੁੰਨਣਾ ਮੈਂ ਹੁਣ ਅਸੀਂ ਇਹਨੂੰ ਭੁੰਨਦੇ ਰਹਿਣਾ ਜਦ ਤੱਕ ਇਹਦੀ ਖੁਸ਼ਬੂ ਨਹੀਂ ਆ ਜਾਂਦੀ ਹੈ ਅਤੇ ਇਹ ਦੇਖੋ ਵੇਸਣ ਦੇ ਵਿੱਚ ਹੁਣ ਘਿਓ ਬਿਲਕੁਲ ਠੀਕ ਲੱਗ ਰਿਹਾ ਅਤੇ ਹਲਕਾ ਹਲਕਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਜਿਉਂ ਜਿਉਂ ਅਸੀਂ ਇਹਨੂੰ ਭੁੰਨਾਂਗੇ ਤਿਉਂ ਤੋਂ ਇਹਦੀ ਖੁਸ਼ਬੂ ਫੈਲਦੀ ਰਹੇਗੀ ਇਹ ਦੇਖੋ ਵੇਸਣ ਸਾਡਾ ਭੁੱਜ ਗਿਆ ਕਲਰ ਚੇਂਜ ਹੋ ਗਿਆ ਔਰ ਖੁਸ਼ਬੂ ਸਾਰੇ ਘਰ 'ਚ ਫੈਲ ਗਈ ਹੈ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਵੇਸਣ ਨੇ ਘਿਓ ਵੀ ਛੱਡ ਦਿੱਤਾ ਹੁਣ ਮਤਲਬ ਹੁਣ ਆਰਾਮ ਨਾਲ ਹਿਲਦਾ ਪਿਆ ਦੇਖੋ ਆਰਾਮ ਨਾਲ ਭੁੰਨਿਆ ਜਾ ਰਿਹਾ ਘਿਓ ਪ੍ਰੋਪਰ ਹੋਏਗਾ ਘਿਓ ਅਤੇ ਵੇਸਣ ਵੀ ਵਧੀਆ ਭੁੰਨਿਆ ਜਾਏਗਾ ਨਾਲੇ ਵੇਸਣ ਥੋੜ੍ਹਾ ਹਲਕਾ ਹੋ ਜਾਂਦਾ ਹੁਣ ਮੈਂ ਇਹਦੇ ਵਿੱਚ ਨਾ ਥੋੜ੍ਹਾ ਜਿਹਾ 1/4 ਚਮਚ ਹਲਦੀ ਪਾ ਰਹੀ ਹਾਂ ਕੋਈ ਹਲਦੀ ਦੀ ਕੋਈ ਖੁਸ਼ਬੂ ਨਹੀਂ ਆਉਂਦੀ ਬਹੁਤ ਵਧੀਆ ਟੇਸਟ ਆਉਂਦਾ ਐਂਟੀਸੈਪਟਿਕ ਹਲਦੀ ਹੁੰਦੀ ਹੈ ਵੈਸੇ ਅਗਰ ਤੁਸੀਂ ਚਾਹੋ ਤਾਂ ਯੈਲੋ ਕਲਰ ਵੀ ਪਾ ਸਕਦੇ ਹੋ ਪਰ ਮੈਂ ਫੂਡ ਕਲਰ ਨਹੀਂ ਪਾ ਰਹੀ ਮੈਂ ਥੋੜ੍ਹੀ ਜਿਹੀ ਹਲਦੀ ਪਾਈ ਹੈ ਨਾਲੇ ਰੰਗ ਥੋੜ੍ਹਾ ਅੱਛਾ ਹੋ ਜਾਂਦਾ ਅਤੇ ਨਾਲੇ ਸਵਾਦ ਵੀ ਵਧੀਆ ਆ ਜਾਂਦਾ ਬਸ ਭੁੱਜ ਗਿਆ ਹੁਣ ਮੈਂ ਇਹਦੇ ਵਿੱਚ ਥੋੜ੍ਹੇ ਜਿਹੇ ਤਰਬੂਜ ਦੇ ਬੀਜ ਅਤੇ ਖਰਬੂਜੇ ਦੇ ਬੀਜ ਪਾ ਦਾਂਗੀ 2 ਚਮਚ ਦੇ ਕਰੀਬ ਇਹਨੂੰ ਵੀ ਹਿਲਾ ਲਾਂਗੇ ਇਹਨੂੰ ਅਸੀਂ ਗੈਸ ਬੰਦ ਕਰ ਦੇਣਾ ਹੈ ਉਸ ਤੋਂ ਬਾਅਦ ਹੀ ਇਹ ਪਾਉਣੇ ਨੇ ਕਿਉਂਕਿ ਇੰਨਾ ਵੇਸਣ ਗਰਮ ਹੋਏਗਾ ਕਿ ਇਹਦੇ ਵਿੱਚ ਹੀ ਇਹ ਵੀ ਭੁੱਜ ਜਾਣਗੇ ਸਾਰੇ ਮੈਂ ਗੈਸ ਬੰਦ ਕਰ ਦਿੱਤਾ ਹੋਇਆ ਵੇਸਣ ਸਾਡਾ ਪੂਰੀ ਤਰ੍ਹਾਂ ਭੁੰਨ ਚੁੱਕਿਆ ਇਹਨੂੰ ਭੁੰਨਣ ਲੱਗਿਆ ਮੈਨੂੰ ਘੱਟ ਤੋਂ ਘੱਟ 20 ਮਿੰਟ ਲੱਗ ਗਏ ਨੇ ਔਰ ਹਲਕੇ ਸੇਕ 'ਤੇ ਭੁੰਨਣਾ ਹੁਣ ਮੈਂ 1/2 ਚਮਚ ਇਹਦੇ 'ਚ ਛੋਟੀ ਇਲਾਚੀ ਦਾ ਪਾਊਡਰ ਵੀ ਪਾ ਦਾਂਗੀ ਇਹਨੂੰ ਵੀ ਹਿਲਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਔਰ ਥੋੜ੍ਹਾ ਹਿਲਾਵਾਂਗੇ ਥੋੜ੍ਹਾ ਵੇਸਣ ਵੀ ਥੋੜ੍ਹਾ ਜਿਹਾ ਠੰਡਾ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਅਸੀਂ ਗਰਮ ਗਰਮ ਵੇਸਣ ਵਿੱਚ ਚੀਨੀ ਨਹੀਂ ਪਾਉਣੀ ਹੈ ਨਹੀਂ ਤਾਂ ਉਹ ਮੈਲਟ ਹੋ ਜਾਏਗੀ ਥੋੜ੍ਹਾ ਜਿਹਾ ਇਹਨੂੰ ਹਿਲਾ ਹਿਲਾ ਕੇ ਇਸ ਤਰ੍ਹਾਂ ਠੰਡਾ ਕਰ ਲੈਣਾ ਥੋੜ੍ਹਾ ਜਿਹਾ ਨੋਰਮਲ ਆਉਣ 'ਤੇ ਬਸ ਹੁਣ ਇਹ ਦੇਖੋ ਥੋੜ੍ਹਾ ਜਿਹਾ ਠੰਡਾ ਹੋ ਗਿਆ ਵੇਸਣ ਮਤਲਬ ਇੰਨਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਤੁਸੀਂ ਟੱਚ ਕਰ ਸਕੋ ਆਰਾਮ ਨਾਲ ਹੁਣ ਮੈਂ ਇਹਦੇ 'ਚ ਪੂਰਾ ਚੀਨੀ ਪਾ ਦਾਂਗੀ ਔਰ ਇਹਨੂੰ ਮਿਕਸ ਕਰ ਲਾਂਗੀ ਇਹਦੇ 'ਚ ਤੁਸੀਂ ਪੂਰਾ ਚੀਨੀ ਹੋਈ ਪਾਉਣੀ ਹੈਗੀ ਹੈ ਬੁਰਾ ਚੀਨੀ ਦੇ ਲੱਡੂ ਜ਼ਿਆਦਾ ਸਵਾਦ ਬਣਦੇ ਨੇ ਜਿਸ ਤਰ੍ਹਾਂ ਹਲਵਾਈ ਬਣਾਉਂਦੇ ਨੇ ਮੈਂ ਉਸੇ ਸਟਾਈਲ 'ਤੇ ਤੁਹਾਨੂੰ ਦੱਸ ਰਹੀ ਹਾਂ ਬਸ ਇਹਨੂੰ ਮਿਕਸ ਕਰ ਲਓ ਸਾਰੀ ਚੀਨੀ ਮਿਕਸ ਹੋ ਜਾਣੀ ਚਾਹੀਦੀ ਹੈ ਅਤੇ ਹੁਣ ਅਸੀਂ ਇਹਦੇ ਬੜੇ ਆਰਾਮ ਨਾਲ ਲੱਡੂ ਬਣਾ ਲਾਂਗੇ ਬਸ ਇੰਨਾ ਕੁ ਹੈ ਕਿ ਹੱਥ 'ਚ ਪਕੜੇ ਜਾਣ ਟੱਚ ਹੋ ਜਾਣ ਥੋੜ੍ਹਾ ਜਿਹਾ ਗਰਮ ਤਾਂ ਲੱਗੇਗਾ ਹੁਣ ਛੋਟੇ ਛੋਟੇ ਲੱਡੂ ਅਸੀਂ ਬਣਾਵਾਂਗੇ ਨਿੰਬੂ ਦੇ ਆਕਾਰ ਦੇ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਵੱਡਾ ਛੋਟਾ ਕਰ ਸਕਦੇ ਹੋ ਥੋੜ੍ਹਾ ਜਿਹਾ ਪਿਸਤਾ ਵੀ ਪਾ ਦਾਂਗੇ ਵਿੱਚ ਪਿਸਤਾ ਵੀ ਅੱਛਾ ਲੱਗਦਾ ਵਿੱਚ ਥੋੜ੍ਹਾ ਬਰੀਕ ਬਰੀਕ ਕੱਟ ਕੇ ਮੈਂ 1 ਚਮਚ ਦੇ ਕਰੀਬ ਪਿਸਤਾ ਪਾ ਦਿੱਤਾ ਬਸ ਇਹਨੂੰ ਮਿਕਸ ਕਰ ਲਾਂਗੇ ਹਿਲਾ ਹਿਲਾ ਕੇ ਇਹਨੂੰ ਠੰਡਾ ਕਰ ਲਿਆ ਅਸੀਂ ਘਿਓ ਪੂਰਾ ਹੋਏਗਾ ਅਤੇ ਲੱਡੂ ਤੁਹਾਡੇ ਬੜੇ ਆਰਾਮ ਨਾਲ ਬਣਨਗੇ ਬਸ ਇਹ ਦੇਖੋ ਹੁਣ 2 ਹੱਥਾਂ ਦੇ ਵਿੱਚ ਅਸੀਂ ਜਿੰਨਾ ਕੁ ਲੈਣਾ ਉਨਾ ਮਟੀਰੀਅਲ ਹੱਥ 'ਚ ਰੱਖ ਲਓ ਔਰ ਉਹਦੇ ਇਸ ਤਰ੍ਹਾਂ ਦਬਾ ਕੇ ਲੱਡੂ ਬਣਾ ਲਓ ਦੋਨੋਂ ਹੱਥਾਂ 'ਚ ਘੁਮਾ ਘੁਮਾ ਕੇ ਦੇਖੋ ਗੋਲ ਕਰ ਲਓ ਇਹਨਾਂ ਨੂੰ ਇਹ ਕਿਆ ਵਧੀਆ ਲੱਡੂ ਗੋਲ ਬਣ ਗਏ ਬਸ ਮੈਂ ਇੰਨੇ ਸਾਈਜ਼ ਦੇ ਹੀ ਲੱਡੂ ਬਣਾਵਾਂਗੀ ਤੁਸੀਂ ਚਾਹੋ ਤਾਂ ਇਸ ਤੋਂ ਥੋੜ੍ਹੇ ਵੱਡੇ ਵੀ ਬਣਾ ਸਕਦੇ ਹੋ ਪਰ ਮੈਂ ਥੋੜ੍ਹੇ ਛੋਟੇ ਲੱਡੂ ਬਣਾਏ ਨੇ
बस है मेरे देखो सारे बेसन के लड्डू बन के तैयार हो गए ने। बड़े ही आसान ने लड्डू बनाने बेसन के। हूँ मैं इनू गार्निश करने वास्ते थोड़ा जहा मैं पिस्ता बचा के रखा सी वो मैं उत्ते लगा दाँगी। 2 कप बेसन तो 17 लड्डू साढ़े बन गए ने ते किन्ने वधिया लड्डू बने ने। तुसी भी इनू बनाओ तो फिर दसो तुहाडे लड्डू किस तरह के बने। अगर तुहानू मेरी बेसन के लड्डू की रैसपी चंगी लगती है तो तुसी मेरे चैनल नू लाइक शेयर ते सबसक्राइब करो ते अपने कमेंट्स मेरे नाल शेयर जरूर करो। वाहेगुरू जी का खालसा वाहेगुरू जी की फतेह। सब दा रब रखा। अगली रैसपी च फिर मिलांगे।